ਮੈਂ ਜਦੋਂ ਦਾ 3 ਸਾਲਾਂ ਦਾ ਸਰਕਾਰ 'ਚ ਆਇਆ ਮੈਂ ਲੋਕਾਂ ਦੇ ਖੂਨ ਚੂਸ ਰਿਹਾ, ਅੱਜ ਮੈਂ ਤਾਂ ਹੀ ਖੂਨ ਚੂਸੀ ਜਾਂਦਾ ਕਿਉਂਕਿ ਮੈਂ ਜਿਹੜੇ ਵਾਅਦੇ ਕੀਤੇ ਉਹ ਮੈਂ ਪੂਰੇ ਨਹੀਂ ਕਰ ਸਕਿਆ। ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦਾ ਬੰਦਾ, ਜਿੰਨੀ ਦੇਰ ਮੈਂ ਖੂਨ ਨਹੀਂ ਪੀ ਲੈਂਦਾ ਉਨੀ ਦੇਰ ਮੇਰਾ ਢਿੱਡ ਨਹੀਂ ਭਰਦਾ। ਮੈਂ ਗਰੀਬਾਂ ਦਾ ਖੂਨ ਚੂਸਣ ਆਇਆ, ਬੁਢਾਪਾ ਪੈਨਸ਼ਨ ਨਹੀਂ ਮੈਂ ਦਿੱਤੀ, ਮੈਂ ਖੁਸ਼ ਹਾਂ, ਮੈਂ ਕੁਛ ਨਹੀਂ ਦਿੱਤਾ ਕਿਸੇ ਨੂੰ, ਮੈਂ ਘਰ ਘਰ ਮੈਂ ਨੌਕਰੀ ਨਹੀਂ ਦੇ ਸਕਿਆ। ਭੱਜ ਐਂ ਰਹੇ ਲੋਕ ਮੇਰੇ ਮਗਰ ਪੈਂਦੇ ਆ, ਮੈਂ ਇਹਨਾਂ ਨੂੰ ਝੂਠੇ ਲਾਰੇ ਲਾਏ, ਇਹਨਾਂ ਨੂੰ ਮੈਂ ਕਿਹਾ ਪੰਜਾਬ ਪੁਲਿਸ ਨੂੰ ਮੈਂ ਕਿਹਾ ਸੀ ਇੱਕ ਛੁੱਟੀ ਦਿਆ ਕਰੂੰਗਾ ਹਫ਼ਤੇ ਦੀ, ਉਹ ਨਹੀਂ ਦਿੱਤਾ, ਮੈਂ ਸਿਰੇ ਦਾ ਗੱਪੀ ਹਾਂ ਭਾਈ। ਇਹ ਜਿਹੜਾ ਪ੍ਰਦਰਸ਼ਨ ਹੈ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਂ ਜਦੋਂ ਦਾ 3 ਸਾਲਾਂ ਦਾ ਸਰਕਾਰ 'ਚ ਆਇਆ ਮੈਂ ਲੋਕਾਂ ਦੇ ਖੂਨ ਚੂਸ ਰਿਹਾ, ਅੱਜ ਮੈਂ ਤਾਂ ਹੀ ਖੂਨ ਚੂਸੀ ਜਾਂਦਾ ਕਿਉਂਕਿ ਮੈਂ ਜਿਹੜੇ ਵਾਅਦੇ ਕੀਤੇ ਉਹ ਮੈਂ ਪੂਰੇ ਨਹੀਂ ਕਰ ਸਕਿਆ, ਘਰ ਘਰ ਮੈਂ ਨੌਕਰੀ ਨਹੀਂ ਦੇ ਸਕਿਆ। ਮੈਂ ਜਿਹੜੇ ਰਾਸ਼ਨ ਕਾਰਡ ਸੀ, ਜਿਹੜੇ ਨੀਲੇ ਰਾਸ਼ਨ ਕਾਰਡ ਸੀ, ਉਹ ਮੈਂ ਕੱਟਦੇ ਸਾਰਿਆਂ ਦੇ, ਮੈਂ ਨਾ ਕਿਸੇ ਨੂੰ ਖੰਡ ਦਿੱਤੀ ਨਾ ਘਿਓ ਦਿੱਤਾ, ਮੈਂ ਸ਼ੁਰੂ ਦਾ ਸਿਰੇ ਦਾ ਮੈਂ ਗੱਪ ਮਾਰਿਆ, ਲੋਕ ਮੇਰੇ ਗੱਪਾਂ 'ਚ ਆ ਗਏ, ਹੁਣ ਮੈਂ ਬੜਾ ਖੁਸ਼ ਹਾਂ ਕਿਉਂਕਿ ਲੋਕਾਂ ਨੇ ਜਿਹੜੇ ਵਾਅਦੇ ਮੈਂ ਲੋਕਾਂ ਨਾਲ ਮੈਂ ਵਾਅਦੇ ਕੀਤੇ ਸੀ, ਮੈਂ ਇੱਕ ਵੀ ਵਾਅਦੇ ਤੋਂ ਪੂਰਾ ਨਹੀਂ ਉਤਰਿਆ। ਮੈਂ ਨਾ ਤਾਂ ਆਟਾ ਦਾਲ ਸਕੀਮ ਦਿੱਤੀ, ਨਾ ਮੈਂ 51,000 ਸਗਨ ਸਕੀਮ ਦਿੱਤੀ, ਨਾ ਮੈਂ 2500 ਰੁਪਈਆ ਬੇਰੁਜ਼ਗਾਰੀ ਭੱਤਾ ਦਿੱਤਾ, ਨਾ ਮੈਂ ਘਰ ਘਰ ਨੌਕਰੀ ਦਿੱਤੀ, ਨਾ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, ਅਤੇ ਨਾ ਹੀ ਮੈਂ ਬੇਰੁਜ਼ਗਾਰ ਭੱਤਾ, ਨਾ ਮੇਰੇ ਤੋਂ ਰਾਸ਼ਨ ਬੰਦ ਹੋ ਨਸ਼ਾ ਬੰਦ ਹੋ ਸਕਿਆ। ਜਿਹੜਾ ਮੈਂ ਕਾਓ ਟੈਕਸ ਆ ਮੈਂ 16 ਥਾਵਾਂ 'ਤੇ ਵਸੂਲ ਕਰਦਾ, ਪਰ ਮੈਂ ਢੱਠੇ ਬਾਜ਼ਾਰ 'ਚ ਛੱਡੇ ਹੋਏ ਆ, ਮੈਂ ਬੜਾ ਖੁਸ਼ ਹਾਂ। ਲੋਕ ਜਿੰਨੇ ਮਰਜ਼ੀ ਦੁਖੀ ਹੋਣ, ਮੈਂ ਇਹਨਾਂ ਦਾ ਖੂਨ ਚੂਸਣ ਲਈ ਆਇਆ, 3 ਸਾਲ ਹੋ ਗਏ ਚੂਸਦੇ ਨੂੰ, 2 ਸਾਲ ਹੋਰ ਚੂਸੂੰਗਾ ਰੱਜ ਕੇ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦਾ ਬੰਦਾ, ਜਿੰਨੀ ਦੇਰ ਮੈਂ ਖੂਨ ਨਹੀਂ ਪੀ ਲੈਂਦਾ ਉਨੀ ਦੇਰ ਮੇਰਾ ਢਿੱਡ ਨਹੀਂ ਭਰਦਾ। ਮੈਂ ਗਰੀਬਾਂ ਦਾ ਖੂਨ ਚੂਸਣ ਆਇਆ, ਬੁਢਾਪਾ ਪੈਨਸ਼ਨ ਨਹੀਂ ਮੈਂ ਦਿੱਤੀ, ਮੈਂ ਖੁਸ਼ ਹਾਂ, ਮੈਂ ਕੁਛ ਨਹੀਂ ਦਿੱਤਾ ਕਿਸੇ ਨੂੰ, ਮੈਂ ਸਰੇਆਮ ਗੱਪ ਮਾਰਿਆ, ਮੈਂ ਪ੍ਰਸ਼ਾਂਤ ਕਿਸ਼ੋਰ ਦੇ ਮਗਰ ਲੱਗ ਕੇ ਗੱਪ ਮਾਰਿਆ, ਆਪਦੀਆਂ ਤਨਖਾਹਾਂ ਮੈਂ MLA ਦੀਆਂ ਡਬਲ ਕਰਤੀਆਂ, ਕੋਈ ਨਹੀਂ ਬੋਲਿਆ, ਨਾ ਆਪ ਵਾਲੇ ਬੋਲੇ, ਕੋਈ ਨਹੀਂ ਬੋਲਿਆ, ਮੈਂ ਤਨਖਾਹਾਂ ਵਧਾ ਤੀਆਂ, ਉਹ ਖੁਸ਼ ਹੈ, ਮੇਰੇ MLA ਮੇਰੇ ਤੋਂ ਵੀ ਨਾਰਾਜ਼ ਹੈ, ਕੋਈ ਗੱਲ ਨਹੀਂ, ਨਾਰਾਜ਼ ਹੋਈ ਜਾਣ, ਮੈਨੂੰ ਕੋਈ ਪਰਵਾਹ ਨਹੀਂ, ਮੈਂ 2 ਸਾਲ ਹੋਰ ਰਹਿਣਾ ਹੀ ਰਹਿਣਾ, ਮੁੱਖ ਮੰਤਰੀ ਮੈਨੂੰ ਕੋਈ ਹਟਾ ਨਹੀਂ ਸਕਦਾ ਕਿਉਂਕਿ ਮੇਰੇ 'ਤੇ ਸੋਨੀਆ ਅਤੇ ਰਾਹੁਲ ਗਾਂਧੀ ਜੀ ਦਾ ਆਸ਼ੀਰਵਾਦ ਹੈ। ਮੈਂ ਤਾਂ ਉੱਥੇ ਦਿੱਲੀ ਜਾ ਕੇ ਗੱਪ ਮਾਰਿਆ ਸੀ ਵੀ ਮੈਂ 11,000 ਸਕੂਲ ਬਣਾ, 5,500 ਸਕੂਲ ਬਣਾਤਾ ਸਮਾਰਟ ਸਕੂਲ, ਪਰ ਮੈਂ ਬਣਾਇਆ ਕੋਈ ਨਹੀਂ, ਮੈਂ ਗੱਪ ਹੀ ਮਾਰੀ ਹੈ। 11 ਲੱਖ ਕਹਿੰਦਾ ਮੈਂ ਨੌਕਰੀ, ਮੈਂ ਕਿਹਾ ਮੈਂ ਦਿੱਤੀ ਹੈ, ਉਹ ਵੀ ਮੈਂ ਗੱਪ ਛੱਡ ਕੇ ਆ ਗਿਆ, ਮੈਂ ਕਿਹਾ ਸ਼ਾਇਦ ਦਿੱਲੀ ਵਾਲੇ ਮੈਨੂੰ ਵੋਟਾਂ ਪਾ ਦੇਣ, ਪਰ ਉਹ ਪਤਾ ਨਹੀਂ ਮੈਨੂੰ ਕਿਵੇਂ ਸਮਝ ਗਏ, ਮੈਂ ਉੱਥੋਂ ਵੀ ਭੱਜ ਲਿਆ, ਅੱਜ ਬਠਿੰਡੇ 'ਚੋਂ ਵੀ ਭੱਜ ਲਿਆ। ਅੱਜ ਕਿਵੇਂ ਤੁਸੀਂ ਇੱਥੋਂ ਭੱਜ ਰਹੇ ਹੋ? ਭੱਜ ਐਂ ਰਹੇ ਲੋਕ ਮੇਰੇ ਮਗਰ ਪੈਂਦੇ ਆ, ਮੈਂ ਇਹਨਾਂ ਨੂੰ ਝੂਠੇ ਲਾਰੇ ਲਾਏ, ਇਹਨਾਂ ਨੂੰ ਮੈਂ ਕਿਹਾ ਪੰਜਾਬ ਪੁਲਿਸ ਨੂੰ ਮੈਂ ਕਿਹਾ ਸੀ ਇੱਕ ਛੁੱਟੀ ਦਿਆ ਕਰੂੰਗਾ ਹਫ਼ਤੇ ਦੀ, ਉਹ ਨਹੀਂ ਦਿੱਤਾ, ਪੱਤਰਕਾਰਾਂ ਨੂੰ ਮੈਂ ਕਿਹਾ ਸੀ ਮੈਂ ਤੁਹਾਨੂੰ ਮਕਾਨ ਦਊਂਗਾ, ਮੈਂ ਉਹ ਨਹੀਂ ਦਿੱਤੇ, ਮੈਂ ਸਿਰੇ ਦਾ ਗੱਪੀ ਹਾਂ ਭਾਈ, ਮੈਂ ਗੱਪ ਮਾਰੀ ਹੈ, ਰੱਜ ਕੇ ਤਾਂ ਮਾਰੂੰਗਾ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ, ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ, ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।